ਚਮਕੀਲਾ ਚਮਕੀਲਾ ਹੀ ਸੀ ਹਰਬੰਸ ਪੱਟੀ ਅਮਰ ਸਿੰਘ ਚਮਕੀਲਾ ਜਿਸ ਨੂੰ ਲੋਕ ਆਮ ਤੌਰ ਤੇ ਚਮਕੀਲਾ ਨਾਮ ਨਾਲ ਹੀ ਜਾਣਦੇ ਸਨ ਤੇ ਹੁਣ ਯਾਦ ਕਰਦੇ ਹਨ ਉਹਨਾਂ ਚੰਦ ਕੋ ਗਿਣੀਆਂ ਚੁਣੀਆਂ ਸ਼ਖਸੀਤਾਂ ਵਿੱਚੋਂ ਇੱਕ ਹੈ ਜੋ ਆਪਣੇ ਆਪ ਵਿੱਚ ਗੁਨਾ ਦੇ ਬੇਪਰਵਾਹ ਸਮੁੰਦਰ ਹੋਇਆ ਕਰਦੇ ਸਨ ਚਮਕੀਲਾ ਉਹਨਾਂ ਸਮਿਆਂ ਵਿੱਚ ਲੋਕਾਂ ਦੀ ਜ਼ੁਬਾਨ ਤੇ ਚੜਿਆ ਜਦੋਂ ਹਰ ਕੋਈ ਐਰਾ ਗੈਰਾ ਨੱਥੂ ਖੇੜਾ ਲੇਖਕ ਜਾਂ ਗਾਇਕ ਨਹੀਂ ਸੀ ਬਣ ਸਕਦਾ ਕਿਉਂਕਿ ਉਸ ਸਮੇਂ ਮੰਨੇ ਪਰ ਮੰਨੇ ਗੀਤਕਾਰਾ ਗੁਰਦੇਵ ਸਿੰਘ ਮਾਨ, 인ਦਰਜੀਤ ਹੰਸਨਪੁਰੀ, ਹਰਦੇਵ ਦਲਗੀਰ, ਬਾਬੂ ਸਿੰਘ ਮਾਨ ਦੀ ਇਜਾਰਤਦਕਾਰੀ ਸੀ। ਇਸੇ ਤਰ੍ਹਾਂ ਗਾਇਕੀ ਵਿੱਚ ਪੰਜਾਬੀ ਗਾਇਕੀ ਦੇ ਥੰਮ ਅਤੇ ਸਿਰਮੌਰ ਗਾਇਕ ਸਰਬਸ੍ਰੀ ਮੁਹੰਮਦ ਸੰਦੀਕ, ਕੁਲਦੀਪ ਮਾਨਕ, ਸੁਰਿੰਦਰ ਸ਼ਿੰਦਾ, ਦੀਦਾਰ ਸੱਦੂ ਕੇ ਦੀਪ ਕਰਮਜੀਤ ਤੂਰੀ ਕਰਨੈਲ ਗਿੱਲ ਕਰਤਾਰ ਰਮਲਾ ਵਰਗੇ ਹੰਡੇ ਵਰਤੇ ਗਾਇਕਾਂ ਵਿੱਚ ਮੁਕਾਬਲੇ ਦੀ ਪਰਮਾਰ ਸੀ ਇੱਕੋ ਹੀ ਸਿਰ ਕੱਢ ਰਿਕਾਰਡ ਕੰਪਨੀ ਸੀ ਐਚ ਐਮ ਵੀ ਜਿਸ ਨੂੰ ਆਮ ਤੌਰ ਤੇ ਕੁੱਤੇ ਵਾਲੀ ਕੰਪਨੀ ਵੀ ਕਿਹਾ ਜਾਂਦਾ ਸੀ ਜਿਸ ਵਿੱਚ ਬੇहद ਕਰੜੀ ਤੇ ਸਖਤ ਮਿਹਨਤ ਕਰਕੇ ਹੀ ਪ੍ਰਵੇਸ਼ ਹੋਇਆ ਜਾਂਦਾ ਸੀ ਚਮਕੀਲਾ ਆਪਣੀ ਤੁੰਨ ਦਾ ਪੱਕਾ ਸੀ ਹਰ ਗੀਤ ਆਪ ਹੀ ਲਿਖਦਾ ਆਪ ਹੀ ਤਰਸੇ ਤਿਆਰ ਕਰਦਾ ਤੇ ਫਿਰ ਉਸ ਤੇ ਬਿਹਾਦਰ ਵਾਨਗੀ ਨਾਲ ਲਗਾਉਂਦਾ ਇਹ ਉਸ ਦੀ ਲਗਨ ਤੇ ਸਖਤ ਮਿਹਨਤ ਦਾ ਸਬੂਤ ਹਨ ਪਹਿਲਾ ਪਹਿਲਾ ਗੀਤਕਾਰੀ ਕੀਤੀ ਉਸ ਵਿੱਚ ਨਾਂ ਬਣਾਇਆ ਪਰ ਸੰਤੁਸ਼ਟੀ ਨਾ ਹੋਈ ਅਖੀਰ ਸੁਰਿੰਦਰ ਸਿੰਦੇ ਨੂੰ ਉਸਤਾਦ ਧਾਰ ਲਿਆ ਉਸ ਤੋਂ ਗਾਇਕੀ ਦੇ ਦਾ ਪੇਚ ਸਿੱਖ ਕੇ ਗਾਇਕੀ ਦੇ ਖੇਤਰ ਵਿੱਚ ਹੰਡੇ ਵਰਤੇ ਮਲ ਦੀ ਤਰ੍ਹਾਂ ਕੁੱਦ ਪਿਆ ਪਹਿਲਾ ਹੀ ਈਪੀ ਰਿਕਾਰਡ ਟਕੂਏ ਤੇ ਟਕੂਆ ਖੜਕੇ ਰਾਹੀਂ ਪ੍ਰਵੇਸ਼ ਹੋ ਕੇ ਗਾਇਕੀ ਦੇ ਵੱਡੇ-ਵੱਡੇ ਤੰਦਤਰਾਂ ਨੂੰ ਮੂੰਹ ਵਿੱਚ ਉਂਗਲਾਂ ਲੈ ਕੇ ਸੋਚਣ ਲਈ ਮਜਬੂਰ ਕਰ ਦਿੱਤਾ ਅਜਿਹਾ ਥੋਬੀ ਪਟਕਾ ਮਾਰਿਆ ਕਿ ਸਭ ਮੋਢੇ ਮੋਢਿੱਕੇ ਅਮਰਜੋਤ ਚਮਕੀਲੇ ਨੂੰ ਰੱਬ ਦੀ ਰਹਿਮਤ ਨਾਲ ਹੀ ਪ੍ਰਾਪਤ ਹੋਈ ਜਿਸ ਨੇ ਚਮਕੀਲੇ ਦੇ ਮੋਢੇ ਨਾਲ ਮੋਢਾ ਟਾ ਕੇ ਉਸ ਦਾ ਸਾਥ ਦਿੱਤਾ ਚਮਕੀਲੇ ਦੇ ਬੋਲਾਂ ਨੂੰ ਆਪਣੇ ਗਲੇ ਰਾਹੀਂ ਸ਼ਿੰਗਾਰ ਕਿਸ ਸ੍ਰੋਤਿਆਂ ਦੇ ਰੂਹੂ ਕੀਤਾ ਸ੍ਰੋਤਿਆਂ ਨੇ ਇਹਨਾਂ ਦੀ ਗਾਇਕੀ ਦਾ ਪ੍ਰਵਾਂ ਸਵਾਗਤ ਕੀਤਾ ਇਸੇ ਤਰ੍ਹਾਂ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਗਾਇਕੀ ਨੇ ਚਮਕੀਲੇ ਦੀ ਗੀਤਕਾਰੀ ਉੱਤੇ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ ਚਮਕੀਲੇ ਦੇ ਰਿਕਾਰਡ ਗੀਤਾ ਜੀਜਾ ਲੱਕ ਮਿਲ ਲੈ ਭੁੱਲ ਗਈ ਮੈਂ ਕੱਢਣਾ ਸਾਰਾ ਪਿੰਡ ਆ ਗਈ ਵੱਲ ਕੇ ਕੁੜੀਓ ਰਾਸ਼ਾੜਦਿਓ ਆਦੀ ਗੀਤਾਂ ਨੇ ਪੰਜਾਬੀ ਲੋਕ ਗਾਇਕੀ ਵਿੱਚ ਅਜੇਹਾ ਤਹਿਲ ਕਮਚਾਇਆ ਕਿ ਪੰਜਾਬ ਦੇ ਸਾਰੇ ਨਾਮਵਰ ਗਾਇਕ ਇੱਕ ਵਾਰੀ ਤਾਂ ਖੁੰਡੇ ਲਾਈਨ ਲਾ ਦਿੱਤੇ ਜਿੱਧਰ ਵੀ ਸੁਣੋ ਚਮਕੀਲਾ ਹੀ ਸੁਣਾਏ ਦਿੰਦਾ ਵਿਆਹ ਸ਼ਾਦੀਆਂ ਮੰਗਣੀਆਂ ਮੁਕਲਾਵਿਆਂ ਕਾਰਾਂ ਟਰੱਕਾਂ ਜੀਪਾਂ ਟਰੈਕਟਰਾਂ ਬੱਸਾਂ ਸੱਥਾਂ ਤਰਿੰਜਣਾ ਫੈਕਟਰੀਆਂ کارਖਾਨਿਆਂ ਘਰਾਂ ਤੇ ਦੁਕਾਨਾਂ ਵਿੱਚ ਚਮਕੀਲੇ ਦੇ ਗੀਤਕਾਰੀ ਜਮਕੀਲੇ ਤੇ ਅਮਰਜੋਤੀ ਗਾਇਕੀ ਹੀ ਕੰਨੀ ਪੈਂਦੀ ਹੋਰ ਕੁਝ ਨਹੀਂ ਸੀ ਸੁਣਦਾ ਕੁਝ ਜਮਕੀਲੇ ਦੇ ਵਿਰੋਧੀਆਂ ਨੇ ਇਸ ਦੀ ਗਾਇਕੀ ਨੂੰ ਲਚਕ ਗਾਇਕੀ ਕਹਿ ਕੇ ਢੰਡਣਾ ਸ਼ੁਰੂ ਕਰ ਦਿੱਤਾ ਉਸੇ ਸਮੇਂ ਪੰਜਾਬ ਵਿੱਚ ਅਤਵਾਦ ਵੀ ਜੋਰਾਂ ਤੇ ਸੀ ਪਰ ਚਮਕੀਲੇ ਨੇ ਲੋਕਾਂ ਨੂੰ ਉਦੋਂ ਵੀ ਹੈਰਾਨ ਕਰ ਦਿੱਤਾ ਤੇ ਇੱਕ ਵਧੀਆ ਕਲਾਕਾਰ ਹੋਣ ਦਾ ਸਬੂਤ ਦਿੱਤਾ ਜਦੋਂ ਉਸਦੇ ਧਾਰਮਿਕ ਗੀਤ ਤਲਵਾਰ ਮੈਂ ਕਲਗੀ ਧਰਦੀ ਹਾਂ ਸਾਬੋ ਬਾਬਾ ਖੋ ਲਿਆ ਤੇਰਾ ਨਿਕਾਣਾ ਐਵੇਂ ਨਾ ਜਿੰਦੇ ਮਾਣ ਕਰੀ ਤੁਰ ਚੱਲੀ ਜਿੰਦੜੀਏ ਅਤੇ ਕੀਤੀ ਮਾਤਾ ਗੁਜਰੀ ਕਮਾਲ ਆਦੀ ਕਮਾਲ ਦੇ ਗੀਤ ਮਾਰਕੀਟ ਵਿੱਚ ਆਏ ਚਮਕੀਲਾ ਸਮੇਂ ਦੀ ਨਬਜ਼ ਨੂੰ ਪਛਾਣ ਵਾਲਾ ਵਿਅਕਤੀ ਸੀ ਉਸ ਨੂੰ ਹਰ ਉਮਰ ਦੇ ਹਰ ਰਿਸ਼ਤੇ ਦੇ ਗੀਤ ਲਿਖਣ ਤੇ ਗਾਉਣ ਦੀ ਮੁਹਾਰਤ ਹਾਸਲ ਸੀ ਮਾਂ ਪੁੱਤ ਨੂੰ ਵੇ ਤੂੰ ਦਾਦੇ ਮਗਾਉਣਿਆ ਇਹ ਕੀ ਕਰ ਤੂ ਖਿੰਡਾ ਦਿੱਤੀ ਐ ਪੁੱਤ ਮਾਂ ਨੂੰ ਚੁੱਪ ਕਰੀ ਬੁੜੀ ਐ ਨਹੀਂ ਨਾ ਮੁੰਡੇ ਦਾ ਕੰਮ ਗਾਲ ਦੇਂ ਜਵਾਨ ਕੁੜੀ ਦੇ ਜਜਬਾਤ ਮੇਰਾ ਵਿਆਹ ਕਰਾਉਣ ਨੂੰ ਜੀ ਕਰਦਾ ਪਰਜਾਈ ਜੇਠ ਨੂੰ ਵਧਾਈਆਂ ਜੇਠਾ ਤੈਨੂੰ ਤੂੰ ਮਸਾਂ ਟਮਣਾ ਹੋਇਆ ਪਰਜਾਈਆਂ ਰਾਣੀ ਡਰਾਈਵਰ ਨੂੰ ਉਹ ਡਰਾਈਵਰ ਆ ਰੋਕ ਗਾੜੀ ਡਰਾਈਵਰ ਚੱਲ ਹਟ ਸੋਹਰੇ ਦੀਏ ਫੇਰ ਸਹੀ ਮੈਨੂੰ ਇੱਕ ਦੋ ਵਾਰ ਜਮਕੀਲੇ ਨੂੰ ਮਿਲਣ ਦਾ ਮੌਕਾ ਮਿਲਿਆ ਪਿਓ ਦਾ ਪੁੱਤ ਤੋਂ ਦੋ ਗਾਣਿਆਂ ਤੇ ਲੋਕ ਤੱਥਾਂ ਨੂੰ ਇਸ ਤਰਤੀਬ ਅਤੇ ਰਵਾਨਗੀ ਨਾਲ ਗਾਉਂਦਾ ਸੀ ਕਿ ਸੁਣਨ ਵਾਲੇ ਅਸ਼ ਅਸ਼ ਕਰ ਉੱਠਦੇ ਸਨ ਹਰ ਗੱਲ ਹੱਸ ਕੇ ਕਾਨੀ ਤੇ ਮੂੰਹ ਬਾਈ ਬਾਈ ਕਹਿਣਾ ਉਸ ਦੇ ਮੂੰਹ ਬਹੁਤ ਹੀ ਫੱਬਦਾ ਸੀ ਪਤੰਦਰ ਦੀ ਦਿੱਖ ਤੇ ਐਸੀ ਸੀ ਤੁਰਲੇ ਵਾਲੀ ਪੱਗ ਤੇ ਕੁਰਤੇ ਚਾਦਰੇ ਵਿੱਚ ਸੋਨਾ ਚੱਜਦਾ ਸੀ ਚਮਕੀਲਾ ਇੱਕ ਚੱਲਦਾ ਫਿਰਦਾ ਪੰਜਾਬੀ ਸੱਭਿਆਚਾਰ ਸੀ ਸਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਜਿਸ ਵੇਲੇ ਉਹ ਗਾਉਂਦਾ ਸੀ ਤਾਂ ਮਿੱਤਰਾਂ ਦੋਸਤਾਂ ਨੂੰ ਇੱਕ ਬਹੁਮੁੱਲੀ ਸਿੱਖਿਆ ਦਿੰਦਾ ਪ੍ਰਤੀਤ ਹੁੰਦਾ ਇਹ ਇਸ ਦੀ ਦਿੱਤੀ ਸਿੱਖਿਆ ਹਰ ਬੰਦੇ ਦੇ ਹਮੇਸ਼ਾ ਹੀ ਕੰਮ ਆਉਂਦੀ ਰਹਿੰਦੀ ਅਫਸੋਸ ਪੰਜਾਬ ਦੀ ਗਾਇਕੀ ਦਾ ਇਹ ਤਰੂ ਤਾਰਾ ਕੁਝ ਲੋਕਾਂ ਦੀ ਗੰਦੀ ਸ਼ਿਆਸਤ ਦਾ ਸ਼ਿਕਾਰ ਹੋਇਆ ਚਮਕੀਲੇ ਜਿੰਨੀ ਜ਼ਿਆਦਾ ਸ਼ੋਹਰਤ ਲੈ ਕੇ ਪੈਦਾ ਹੋਇਆ ਸੀ ਉੰਨੀ ਹੀ ਛੋਟੀ ਉਮਰ ਉਸਦੇ ਹਿੱਸੇ ਆਈ ਇਹ ਪੰਜਾਬ ਲੋਕ ਗਾਇਕੀ ਦਾ ਨਾਮ ਮੋਰ ਹੀਰਾ ਕੁਝ ਦਰਿੰਦਿਆਂ ਵੱਲੋਂ ਸਾਥੋਂ ਸਦਾ ਲਈ ਖੋ ਲਿਆ ਗਿਆ ਚਮਕੀਲੇ ਨੂੰ ਗੁਜ਼ਰਿਆਂ ਬਹੁਤ ਸਮਾਂ ਬੀਤ ਗਿਆ ਪਰ ਅੱਜ ਵੀ ਉਹ ਹਰ ਪੰਜਾਬੀ ਸਰੋਤੇ ਦੇ ਦਿਲ ਤੇ ਰਾਜ ਕਰ ਰਿਹਾ ਹਰ ਕੋਈ ਚਮਕੀਲੇ ਨੂੰ ਬੜੇ ਚਾ ਨਾਲ ਸੁਣਦਾ ਕਿਉਂਕਿ ਉਸ ਦੀ ਗਾਇਕੀ ਗੀਤ ਪੰਜਾਬੀ ਸੱਭਿਆਚਾਰ ਵਿੱਚ ਹਮੇਸ਼ਾ ਸਦਾ ਬਹਾਰ ਰਹਿਣਗੇ ਚਮਕੀਲਾ ਜਿੰਨਾ ਪਹਿਲਾਂ ਹਰਮਨ ਪਿਆਰਾ ਸੀ ਉਸ ਤੋਂ ਹਜ਼ਾਰਾਂ ਗੁਣਾ ਜ਼ਿਆਦਾ ਮਰਨ ਤੋਂ ਬਾਅਦ ਹਰਮਨ ਪਿਆਰਾ ਹੈ ਜਿਸ ਦੀ ਮਿਸਾਲ ਹੈ ਕੋਈ ਵੀ ਪੰਜਾਬੀ ਖੜੇ ਦੀ ਸਸ ਤੇਜ ਚਮਕੀਲੇ ਦੇ ਸੁਪਰ ਹਿੱਟ ਗੀਤ ਪਹਿਲ ਲਲਕਾਰੇ ਨਾਲ ਮੈਂ ਡਰ ਗਈ ਬਿਨਾਂ ਅਦੂਰੀ ਜਹੀ ਰਹਿੰਦੀ ਹੈ ਚਮਕੀਲੇ ਨੇ ਗਾਇਕੀ ਦੀ ਇੱਕ ਵੱਖਰੀ ਪ੍ਰਤਿੱਤ ਪਾਈ ਜਿਸ ਨੂੰ ਚਮਕੀਲਾ ਟਾਈਪ ਗਾਇਕੀ ਵੀ ਕਿਹਾ ਜਾਂਦਾ ਹੈ ਬਹੁਤ ਸਾਰੇ ਗਾਇਕਾਂ ਨੇ ਚਮਕੀਲਾ ਟਾਈਪ ਗਾਇਕੀ ਨੂੰ ਅਪਣਾਇਆ ਕਈਆਂ ਨੇ ਚਮਕੀਲੇ ਦੇਸ਼ਗਿਰਦ ਹੋਣ ਦਾ ਝੂਠਾ ਪ੍ਰਚਾਰ ਰਚਿਆ ਤੇ ਉਸ ਦੀ ਗਾਇਕੀ ਨੂੰ ਟਾਲ ਬਣਾ ਕੇ ਰੋਟੀਆਂ ਸੇਕੀਆਂ ਅਤੇ ਸੇਕ ਰਹੇ ਹਨ ਚਮਕੀਲੇ ਦੇ ਸਰੋਤਿਆਂ ਦੀ ਗਿਣਤੀ ਅੱਜ ਵੀ ਲੱਖਾਂ ਨਹੀਂ ਕਰੋੜਾਂ ਵਿੱਚ ਹੈ ਤੱਥਮੂਹੋਂ ਬੋਲਦੇ ਹਨ ਤੇ ਅੱਜ ਵੀ ਚਮਕੀਲੇ ਦੀਆਂ ਕੈਸ਼ਟਾਂ ਵਿੱਚ ਵਿਕਣ ਤਦਾਦ ਕਰੋੜਾਂ ਵਿੱਚ ਹੈ ਹਰ ਹਫਤੇ ਤਕਰੀਬਨ 25000 ਕੈਸ਼ਟਾਂ ਵਿਕੀਆਂ ਜਾਂਦੀਆਂ ਹਨ ਚਮਕੀਲੇ ਜਹਾਨਾ ਕੋਈ ਪੈਦਾ ਹੋਇਆ ਤੇ ਨਾ ਹੀ ਕੋਈ ਹੋਵੇਗਾ। ਭਾਵੇਂ ਉਹ ਅੱਜ ਸਾਡੇ ਵਿੱਚ ਕਰਨੀ ਹੈ ਪਰ ਆਪਣੇ ਰਿਕਾਰਡ ਹੋਏ ਸੁਪਰ ਹਿੱਟ ਗੀਤਾਂ ਰਹੀ। ਉਹ ਹਮੇਸ਼ਾ ਸਾਡੇ ਦਰਮਿਆਨ ਹਾਜ਼ਰ ਰਹੇਗਾ। ਕਾਸ਼ ਉਹ ਅੱਜ ਵੀ ਜਿਉਂਦਾ ਹੁੰਦਾ। ਬਸ ਚਮਕੀਲਾ ਚਮਕੀਲਾ ਹੀ ਸੀ। ਉਹਦੇ ਹੁੰਦਿਆ ਪੰਜਾਬ ਲੋਕ ਗਾਇਕੀ, ਬੀਟ ਅਤੇ ਪੌਪ ਦਾ ਰੰਗ ਰੂਪ ਹੀ ਹੋਣਾ ਸੀ। ਜਿਸ ਦਾ ਸਬੂਤ ਉਸ ਦੀਆਂ ਮਿਕਸ ਹੋਈਆਂ ਕੈਸ਼ਟਾਂ ਤੋਂ ਮਿਲਦਾ ਹੈ। ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਨੇ ਜੋ ਵੀ ਗਾਇਆ ਉਹ ਉਸ ਸਮੇਂ ਵੀ ਅਮਰ ਸੀ ਹੁਣ ਵੀ ਹੈ ਤੇ ਅੱਗੋਂ ਲਈ ਵੀ ਅਮਰ ਰਹੇਗਾ ਅਮਰ ਸਿੰਘ ਚਮਕੀਲੇ ਬਾਰੇ ਪੁਸਤਕ ਲਿਖਣੀ ਕੰਡਿਆਂ ਉੱਤੇ ਤੁਰਨ ਦਾ ਬਰਾਬਰ ਹੈ